ਮੰਡੀ ਵਿੱਚ ਤੇ ਜਾਂਦੀ ਲੋੜ ਨਹੀਂ ਇੱਥੇ ਇਸ ਟਾਈਮ ਬਹੁਤ ਵਪਾਰੀ ਬਾਹਰ ਦੇ ਯੂਪੀ ਲੋਨ ਦੇ ਮੇਰਠ ਹੁਣ ਚਲੋ ਪਰਮਾਤਮਾ ਨੇ ਮਿਹਰ ਕੀਤੀ ਆ ਵੀ ਦੋ ਪੈਸੇ ਠੀਕ ਹੋ ਗਿਆ ਵੀ ਚਲ ਜੀਵਿੰਦਾਰ ਆਪਣੇ ਪੈਰਾਂ ਤੇ ਖਲੋ ਗਿਆ ਜੇ ਫੇ ਇਹ ਫਸਲ ਨਾ ਹੁੰਦੀ ਜੀਵਿੰਦਾਰ ਦਾ ਬਹੁਤ ਹੀ ਜ਼ਿਆਦਾ ਲੋਸ ਹੋਣਾ ਸੀ ਜੀ ਤੇ ਇੱਥੇ ਨੌਕਰੀਆਂ ਤਾਂ ਖਤਮ ਹੋ ਗਈਆਂ ਜੀ ਆਪਾਂ ਨੂੰ ਹੀ ਪਤਾ ਜੀ तो बच्चा ने मजबूरी होगी बहर जाना आप सबनों यही संदेशा देते हैं जी अपने इतनी खेती करो सब्जी लाओ थोड़ी बहुत जब कभी भी खरबूजे की मिठास की बात होती है तो सीवन की धरती की चर्चा जरूर होती है जी हाँ हम कैथल के सीवन में हम इस समय मौजूद हैं और यहाँ पर आप देख सकते हो जो खरबूजे की भरपूर मात्रा में यहाँ पर खेती की जाती है और सीवन की धरती के बारे में ये चर्चा है कि जो सीवन की धरती पर उगाया हुआ जो खरबूजा है उसकी मिठास जो पूरे भारत वर्ष के वर्ष के अंदर एक अलग पहचान है और इनकी ये भी चर्चा है कि जब तक मंडी के अंदर सीवन का खरबूजा नहीं पहुँचता तो इसका बोली का भी इंतजार किया जाता है अगर पहुँच जाता है तो तब तक ये नहीं बिकता तो दूसरा खरबूजा है जो वो तब तक वो अगला खरबूजा नहीं बिकता हर कोई व्यापारी की पहली पसंद यही होती है कि सीवन का खरबूजा उसको मिले और आप सीवन की सड़क पर जो मेन रोड से निकलोगे तो भी आपको इधर उधर जो खरबूजे की जो बिक्री के लिए छोटे छोटे स्टाल हैं जो वो लगे हुए मिलेंगे तो इस समय मलकीत सिंह साबी गोविंदपुरा के पास पहुंचे हैं खेतों के उनके अंदर पहुंचे हैं तो उनसे थोड़ी जानकारी लेते हैं जो किसान खरबूजे की खेती करना चाहते हैं और जो किसान चाहते हैं कि हाँ खरबूजे की खेती कर करके हम मुनाफा कमा सकते हैं या किस तरीके से खेती की जाती है कितना उस पर खर्चा आता है तो वो मलकीत सिंह जी से बातचीत करेंगे मलकीत सिंह जी सताल जी ਸਸਰੀ ਗਾਲ ਜੀ ਹਾਂਜੀ ਕੀ ਹਾਲ ਚਾਲ ਹੈ ਜੀ ਬਹੁਤ ਵਧੀਆ ਵੇ ਜੀ ਬਹੁਤ ਸ਼ਾਨਦਾਰ ਹਾਂਜੀ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਜੀ ਸਾਡੇ ਇੱਥੇ ਪਹੁੰਚਣ ਤੇ ਮੈਂ ਮਲਕੀਤ ਸਿੰਘ ਸਾਹਿਬ ਵੀ ਪਿੰਡ ਗੋਬਿੰਦਪੁਰਾ ਸੀ ਬੰਦੇ ਰਹਿਣ ਵਾਲਾ ਹਾਂ ਜੀ ਤੇ ਖਰਬੂਜੇ ਦੀ ਖੇਤੀ ਦੇ ਬਾਰੇ ਜਾਨਣਾ ਚਾਹ ਰਹੇ ਸੀ ਅਸੀਂ ਦੇਖਿਆ ਸੀ ਇਧਰੋਂ ਮਤਲਬ ਪਤਾ ਲੱਗਿਆ ਸੀ ਵੀ ਮਲਕੀਤ ਸਿੰਘ ਬੜੀ ਵੱਡੇ ਪੱਧਰ ਤੇ ਖੇਤੀ ਕਰਦਾ ਇੱਥੇ ਤੇ ਤੁਸੀਂ ਕਾਫੀ ਪੁਰਾਣਾ ਟਾਈਮ ਹੋ ਗਿਆ ਖਰਬੂਜੇ ਦੀ ਖੇਤੀ ਕਰਦੇ ਹੋ ਕਿੰਨਾ ਕ ਟਾਈਮ ਹੋ ਗਿਆ ਜੀ ਲਗਭਗ 20 ਤੋਂ 25 ਸਾਲ ਹੋ ਗਏ ਜੀ ਖਰਬੂਜੇ ਦੀ ਖੇਤੀ ਕਰਦੇ ਨੂੰ ਸਾਨੂੰ ਹਾਂ ਤੇ ਪ੍ਰਮਾਤਮਾ ਦੀ ਦਿਆ ਹੈ ਸੋਨਾ ਖਰਬੂਜਾ ਹੈ ਐਤਕੀ ਥੋੜਾ ਸਾਰੇ ਸਾਲਾਂ ਤੋਂ ਵਧੀਆ ਖਰਬੂਜਾ ਮਿਠਾਸ ਆ ਮੌਸਮ ਦੀ ਕੋਈ ਢੀ ਵੱਡੀ ਦਿੱਕਤ ਨਹੀਂ ਆਈ ਐਤਕੀ ਹਮਮ ਬਾਰਸ਼ ਨਹੀਂ ਹੋਈ ਜਦੋਂ ਖਰਬੂਜੇ ਵਿੱਚ ਬਾਰਸ਼ ਹੋ ਜਾਂਦੀ ਉਦੋਂ ਉਸ ਟਾਈਮ ਖਰਬੂਜੇ 'ਚ ਦਿੱਕਤ ਹੁੰਦੀ ਆ ਇਸ ਟਾਈਮ ਬਹੁਤ ਵਧੀਆ ਮੌਸਮ ਆ ਲੋ ਚੱਲਦੀ ਆ ਖਰਬੂਜੇ 'ਚ ਮਿਠਾਸ ਬਹੁਤ ਆ ਤੇ ਖਰਬੂਜਾ ਸਿਵਨ ਦੀ ਧਰਤੀ ਦਾ ਬਹੁਤ ਹੀ ਸ਼ਾਨਦਾਰ ਹੁੰਦਾ ਜੀ ਉਵੇਂ ਤੇ ਬਹੁਤ ਏਦਿਆਂ ਚ ਖਰਬੂਜਾ ਹੁੰਦਾ ਜੀ ਪੰਜਾਬ ਚੀ ਬਹੁਤ ਜਗ੍ਹਾ ਖਰਬੂਜਾ ਹੁੰਦਾ ਸਾਰੇ ਹਰਿਆਣੇ ਚੀ ਹੋਰ ਜਗ੍ਹਾ ਤੇ ਖਰਬੂਜਾ ਹੁੰਦਾ ਜੋ ਸਿਵਨ ਪਿੰਡ ਕਾਥਲ ਜ਼ਿਲ੍ਹਾ ਇਥੋਂ ਦਾ ਖਰਬੂਜਾ ਜੀ ਕਿਤੇ ਵੀ ਨਹੀਂ ਜੇ ਇਹਦੀ ਮਿਠਾਸ ਜੋ ਹੈਗੀ ਦੂਰ ਦੂਰ ਤੱਕ ਮਿਠਾਸ ਹੈ ਜੀ ਜੇ ਆਪਾਂ ਇੱਕ ਵਾਰੀ ਉਹ ਕਰੀਏ ਨਾ ਜੀ ਇਹਦਾ ਚੈਨ ਕਰੀਏ ਦੂਜੇ ਸਟੇਟਾਂ ਵਿੱਚ ਲਾ ਲੋ ਹਰਿਆਣਾ ਆਪਣਾ ਤਾਂ ਹੈ ਹੀ ਆਪਾਂ ਹਰਿਆਣੇ ਚ ਪੰਜਾਬ ਲਾ ਲੋ ਯੂਪੀ ਮੱਧ ਪ੍ਰਦੇਸ਼ ਕਿਤੇ ਵੀ ਲਾ ਲੋ ਜੋ ਮਿਠਾਸ ਆਪਣੇ ਖਰਬੂਜੇ ਦੀ ਸੇਵਨ ਦੀ ਧਰਤੀ ਦੀ ਹੈ ਜੀ ਕਿਤੇ ਨਹੀਂ ਜੀ ਹਾਂ ਜਿਵੇਂ ਤੁਸੀਂ ਮੰਡੀ ਚ ਲੈ ਕੇ ਜਾਂਦੇ ਹੋ ਤੇ ਚਰਚਾ ਵੀ ਚੱਲਦੀ ਹੋਵੇਗੀ ਵੀ ਹਾਂ ਇੱਥੇ ਸਿਵਨ ਦਾ ਖਰਬੂਜਾ ਆ ਗਿਆ ਚਲੋ ਤੁਹਾਡੀ ਤੇ ਪਛਾਣੀ ਹੋਵੀ ਮੰਡੀ ਵਿੱਚ ਤੇ ਜਾਣ ਦੀ ਲੋੜ ਨਹੀਂ ਇੱਥੇ ਇਸ ਟਾਈਮ ਬਹੁਤ ਵਪਾਰੀ ਬਾਹਰ ਦੇ ਯੂਪੀ ਲੋਨ ਦੇ ਮੇਰਠ ਹਲ ਦੇ ਬਹੁਤ ਵਪਾਰੀ ਇਸ ਟਾਈਮ ਬਹੁਤ ਉਠਾ ਖੇਤਾਂ ਚੋਂ ਹੀ ਹੋ ਰਿਹਾ ਹੈ ਤੇ ਬਾਕੀ ਆਹ ਮੰਡੀਆਂ 'ਚ ਵੇਖਿਆ ਖੜ ਕੇ ਅੱਗੇ ਵੀ ਅੰਬਰਸਰ ਰਲਵੀ ਜੀਮਿੰਦਾਰ ਕਿਤੇ ਵੀ ਆਪਣੀ ਫਸਲ ਖੜ ਸਕਦਾ ਜੀ ਹੱਕ ਹੈ ਜੀ ਮਿੰਦਾਰ ਨੂੰ ਆਪਣੀ ਫਸਲ ਵੇਚਣ ਦਾ ਜੇ ਉਹਨੂੰ ਇੱਥੇ ਪੈਸੇ ਅੱਛੇ ਧਾਮ ਨਹੀਂ ਮਿਲਦੇ ਉਹ ਅਗਲੇ ਪੰਜਾਬ ਲਾ ਲਓ ਕਿ ਚਾਹ ਹਿਮਾਚਲ ਚ ਲਾ ਲਓ ਕਿਤੇ ਵੇਚ ਸਕਦਾ ਜੀਵਿੰਦਰ ਆਪਣੀ ਫਸਲ ਕਿਉਂਕਿ ਉਹਦੀ ਮਜਬੂਰੀ ਆ ਲਾ ਲਓ ਕਿ ਇੱਕੇ ਫਸਲ ਨਾ ਵੀ ਕੂਗੀ ਕਿਤੇ ਤੇ ਜੀਵਿੰਦਰ ਨੂੰ ਵੇਚ ਨਹੀਂ ਪਾਉਗੀ ਜੀ ਇਹ ਤਾਂ ਆਪਾਂ ਨੂੰ ਹੀ ਪਤਾ ਜੀ ਇੱਥੇ ਵਪਾਰੀ ਇੱਥੇ ਆ ਜਾਂਦੇ ਨੇ ਹਾਂਜੀ ਇਹ ਵਪਾਰੀ ਸਾਰਾ ਇੱਥੇ ਹੁੰਦਾ ਜੀ ਇਸ ਕਰਕੇ ਅੱਗੇ ਵੀ ਸਾਡੇ ਬੰਦਿਆਂ ਨੇ ਉੱਥੇ ਅੰਮਰਸਾਰ ਆਲ ਵੀ ਗਏ ਆ ਖਰਬੂਜੇ ਪਰ ਉੱਥੇ ਵੀ ਜਿੰਨਾ ਚਿਰ ਸਤੀ ਬੰਦਾ ਖਰਬੂਜਾ ਨਹੀਂ ਨਾ ਵਿਗਦਾ ਦੂਜੇ ਖਰਬੂਜੇ ਨਹੀਂ ਵਿਕਦੇ ਜੀ ਓਨਲੀ ਉਹ ਪਹਿਲੋਂ ਖੁਸ਼ਬੂ ਤੋਂ ਹੀ ਪਤਾ ਲੱਗ ਜਾਂਦਾ ਵੀ ਅਸੇ ਬੰਦਾ ਖਰਬੂਜਾ ਆ ਗਿਆ ਜੀ ਇਹਦੀ ਕੀ ਇੱਕ ਇੱਕ ਏਕੜ ਦੇ ਵਿੱਚ ਕਿੰਨਾ ਖਰਚਾ ਜਾਂਦਾ ਜੀ ਜੇ ਜੇ ਕੋਈ ਖੇਤੀ ਕਰਨਾ ਚਾਹੇ ਇਸ ਚੀਜ਼ ਦੀ ਕੋ ਬੁੱਝੇ ਖਰਚ ਪਾਜੀ ਇਹ ਚ ਬਹੁਤ ਹੀ ਮੋਟਾ ਖਰਚ ਹੁੰਦਾ ਹੈ ਇਸ ਖੇਤੀ ਵਿੱਚ ਹਰ ਇਹਦੇ ਵਿੱਚ ਰਿਸਕ ਬਹੁਤ ਤਗੜਾ ਜੀ ਅੱਛਾ ਜੀ ਇਹਦੇ ਵਿੱਚ ਬਹੁਤ ਹੀ ਤਗੜਾ ਰਿਸਕ ਹੈ ਜੀ ਇਹਦੇ ਵਿੱਚ ਘੱਟ ਤੋਂ ਘੱਟ 50 ਤੋਂ ਲੈ ਕੇ 60000 ਰੁਪਿਆ ਨੋਰਮਲ ਖਰਚ ਹੈ ਨੋਰਮਲ ਹਮ ਤਾਂ ਜੇ ਆਪਾਂ ਇਹੋ ਜਿਹਾ ਕੋਈ ਦਿੱਕਤ ਆ ਜਾਏ, ਇਹ ਬਿਮਾਰੀ ਲੱਗ ਜਾਏ, ਕੋਈ ਹੋਰ ਦਿੱਕਤ ਆ ਜਾਏ ਤੇ 70-80000 ਰੁਪਏ ਹੀ ਖਰਚਾ ਜਾਂਦਾ ਕਈ ਵਰੀ ਇੱਤੇ। ਹਾਂਜੀ ਹਾਂਜੀ। 50000 ਤਾਂ ਨੋਰਮਲ ਖਰਚਾ ਹੈਗਾ ਜੀ ਇਹਨੂੰ। ਬਿਲਕੁਲ ਨੋਰਮਲ ਖਰਚਾ। ਜੇ ਬਿਮਾਰੀ ਆ ਜਾਏ ਫਿਰ ਝਾੜ ਵੀ ਘਟ ਹੋ ਜਾਂਦਾ। ਹਾਂਜੀ ਫਿਰ ਝਾੜ ਵੀ ਘਟ ਹੋ ਜਾਂਦਾ। ਫਿਰ ਇਹ ਨਹੀਂ ਪਤਾ ਵੀ ਜਿਹੜੇ ਆਪਾਂ ਆਪਣੀ ਜੇਬ ਚੋਂ ਲਾਇਆ 60000, 50000 ਉਹ ਵੀ ਖਤਮ ਗਈ ਜੀ। ਅੱਛਾ ਜੀ। ਹਾਂਜੀ ਪਹਿਲੋਂ ਤੇ ਸਾਡੇ ਨਾਲ ਅੱਗੇ ਕਈ ਸਾਲ ਪਹਿਲੋਂ ਬੀਤੀਆਂ ਇਹ ਚੀਜ਼ਾਂ ਅਸੀਂ ਲੋਂਦੇ ਰਹੇ ਆ ਖਰਬੂਜੇ। ਇਹ ਬਿਮਾਰੀਆਂ ਆ ਗਈ ਚਲੋ ਅੱਜ ਕੀ ਮੌਸਮ ਠੀਕ ਆ ਰੇਟ ਠੀਕ ਆ ਤੇ ਦੋ ਪੈਸੇ ਜ਼ਿੰਮੇਦਾਰ ਦੇ ਬਣ ਗਿਆ ਇਸ ਤੋਂ ਪਹਿਲਾਂ ਆਪਣੀ ਸਿਵਨ ਏਰੀਆ ਵਿੱਚ ਨੁਕਸਾਨ ਬਹੁਤ ਜ਼ਿਆਦਾ ਹੋਇਆ ਜੀ ਸਭ ਨੂੰ ਪਤਾ ਜੀ ਲਗਭਗ 11ਵੇਂ ਮਹੀਨੇ ਦੀ ਐਂਡ ਵਿੱਚ 30 ਤਰੀਕ ਨੂੰ ਬਾਰਸ਼ ਆਈ ਸੀ ਬਨੇਰੀਆ ਚ ਹਮਮ ਦੋ 2024 ਵਿੱਚ ਬਾਰਸ਼ ਦੇ ਵਿੱਚ ਤੇ ਜਿਆਦਾ ਹੀ ਬਾਰਸ਼ ਵਿੱਚ ਆਪਣੇ ਸਾਰਾ ਜਿੰਨਾ ਇਥੋਂ ਦਾ ਮਟਰ ਤੇ ਖਰਬੂਜਾ ਸੀ ਉਹਨਾਂ ਬੈਲਟ ਦਾ ਬਹੁਤ ਹੀ ਜਿਆਦਾ ਨੁਕਸਾਨ ਹੋਇਆ ਜੀ ਉਹਦੇ ਵਿੱਚ ਕਾਫੀ ਜ਼ਿਮੀਂਦਾਰਾਂ ਨੂੰ ਲੋਸ ਹੋਇਆ ਜੀ ਬਹੁਤ ਹੀ ਜਿਆਦਾ ਫੱਲਿਓਂ ਦਿੱਤੇ ਜ਼ਿਮੀਂਦਾਰਰੇ ਬਹੁਤ ਕਰਜ਼ਾਈ ਹੋ ਗਈ ਜੀ ਉਸ ਟਾਈਮ ਦੀ ਜ਼ਿਮੀਂਦਾਰ ਕਿਹੇ ਜ਼ਿਮੀਂਦਾਰ ਦੀ ਆਲੂ ਮਟਰ ਦੀ ਫਸਲ ਨਹੀਂ ਹੋएगी ਕਾਫੀ ਲੋਸ ਹੋਇਆ ਜੀ ਉਹਦੇ ਵਿੱਚ ਹੁਣ ਚਲੋ ਪਰਮਾਤਮਾ ਨੇ ਮਿਹਰ ਕੀਤੀ ਆ ਵੀ ਦੋ ਪਹੇ ਠੀਕ ਹੋ ਗਿਆ ਵੀ ਚਲ ਜ਼ਿਮੀਂਦਾਰ ਆਪਣੇ ਪੈਰਾਂ ਤੇ ਖਲੋ ਗਿਆ ਜੇ ਫੇ ਇਹ ਫਸਲ ਨਾ ਹੁੰਦੀ ਜ਼ਿਮੀਂਦਾਰ ਦਾ ਬਹੁਤ ਹੀ ਜਿਆਦਾ ਲੋਸ ਹੋਣਾ ਹਾਂ ਜੀ ਹੁਣ ਕਿੰਨੇ ਏਕੜ ਲਾਈ ਹੈ ਜੀ ਖਰਬੂਜਿਆਂ ਦੀ ਫਸਲ ਕਿੰਨੀ ਖਰਬੂਜਿਆਂ ਦੀ ਏਕੜ 15-20 ਏਕੜ ਹੈਗੀ ਜੀ ਆਪਣੇ ਕੋ ਤੇ ਹਰ ਰੋਜ਼ ਕਿੰਨਾ ਇੱਕ ਟਨ ਖਰਬੂਜਾ ਨਿਕਲਦਾ ਜੀ ਅ ਲਗਭਗ ਆਪਾਂ ਲਗਭਗ 5-750 ਡੇਲੀ ਦਾ ਉੱਤਰਦਾ ਜੀ 7-8 ਟਨ ਡੇਲੀ ਦਾ ਖਰਬੂਜਾ ਚੰਦ ਹੈ ਜੀ ਅਛਾ ਜੀ ਗੋਲਡਨ ਗਲੋਰੀ ਫਾਰਮਾ ਗਲੋਰੀ ਇਹ ਬੀਜ ਇਹ ਕਿਹੜਾ ਬੀਜ ਹੈ ਗੋਲਡਨ ਗਲੋਰੀ ਬੀਜ ਹੈ ਇਹ ਅੱਛਾ ਜੀ ਤੇ ਜਿਵੇਂ ਆਪਾਂ ਚੱਲ ਰਹੇ ਸੀ ਸੜਕ ਤੇ ਹਣਾ ਇੱਧਰ ਵੀ ਖਰੂਜੇ ਉੱਧਰ ਵੀ ਖਰੂਜੇ ਤੇ ਤਰਬੂਜ ਦਾ ਕੋਈ ਫਸਲ ਇੱਥੇ ਵੇਖੀ ਨਹੀਂ ਕਿ ਇਹਦਾ ਵੀ ਕੋਈ ਫਰਕ ਹੁੰਦਾ ਵੀ ਜੀ ਇੱਥੇ ਖਰੂਜੇ ਹੀ ਹੁੰਦੇ ਨੇ ਨਿੰਤਰ ਤਰਬੂਜ ਵੀ ਹੁੰਦਾ ਪਰ ਜਿੰਨਾ ਬਟਰ ਇਥੇ ਐਸ ਏਰੀਆ ਚ ਸੀਵਨ ਬੈਲਟ ਵਿੱਚ ਖਰਬੂਜੇ ਦੀ ਬੈਲਟ ਅੱਛੀ ਆ ਜਿੰਨਾ ਵਧੀਆ ਖਰਬੂਜਾ ਹੁੰਦਾ ਉਹ ਵਧੀਆ ਤਰਬੂਜ ਨਹੀਂ ਹੁੰਦਾ ਜੀ ਇਥੇ ਅੱਛਾ ਜੀ ਲਾ ਲਓ ਕਿ ਫਸਲ ਆਪਾਂ ਤਾਂ ਹਰ ਇੱਕ ਨੂੰ ਹੀ ਸੰਦੇਸ਼ਾ ਦਿੰਦੇ ਆ ਜਿੰਨੇ ਵੀ ਆ ਭਾਈ ਬੰਦੂ ਆਪਣੇ ਵੀ ਥੋੜੀ ਥੋੜੀ ਸਬਜ਼ੀ ਲਾਓ ਹੁਣ ਲਾ ਲਓ ਕਿ ਆਪਣੇ 70 80 ਲੇਡੀਜ਼ ਹਰ ਕੋਈ 10 15 ਜੈਂਟਸ ਕੰਮ ਕਰਦੇ ਆ ਲਾ ਲਓ ਕਿ ਕਿੰਨੇ ਬੰਦਿਆਂ ਨੂੰ ਰੋਜ਼ਗਾਰ ਮਿਲਦਾ ਜੇ ਆਪਾਂ ਕਿਸੇ ਨੂੰ ਰੋਜ਼ਗਾਰ ਦਵਾਂਗੇ ਉਹ ਦੇਖੋ ਆਪਣੇ ਬੱਚੇ ਪੜੇ ਲਿਖਿਆ ਬਾਹਰ ਉੜਦੇ ਜਾਂਦੇ ਜੀ ਹਮ ਸਾਰੇ ਬੱਚੇ ਹੀ ਆਪਣੇ ਸਾਰਿਆਂ ਨੂੰ ਮੈਂ ਅਮਰੀਕਾ ਜਾਣਾ ਕੈਨੇਡਾ ਜਾਣਾ ਕਿਤੇ ਵੀ ਜਾਣਾ ਲਾਲੋ ਗਈ ਕੋਈ ਨਿਊਜ਼ੀਲੈਂਡ ਕੋਈ ਕਿਤੇ ਹਰ ਇੱਕ ਬੱਚਾ ਬਾਹਰ ਭੱਜਦਾ ਹੈ ਬਾਕੀ ਸਰਕਾਰਾਂ ਨੇ ਇਹੋ ਜਿਹਾ ਸਿਸਟਮ ਹੋ ਗਿਆ ਜੀ ਬਾਹਰ ਇੱਥੇ ਨੌਕਰੀਆਂ ਤਾਂ ਖਤਮ ਹੋ ਗਈਆਂ ਜੀ ਆਪਾਂ ਨੂੰ ਵੀ ਪਤਾ ਜੀ ਤੇ ਉਹ ਬੱਚਿਆਂ ਦੀ ਮਜਬੂਰੀ ਹੋ ਗਈ ਬਾਹਰ ਜਾਣਾ ਤਾਂ ਆਪਾਂ ਸਭ ਨੂੰ ਇਹ ਸੰਦੇਸ਼ਾ ਦਿੰਦੇ ਆ ਜੀ ਆਪਣੀ ਇੱਥੇ ਖੇਤੀ ਕਰੋ ਸਬਜ਼ੀ ਲਾਓ ਥੋੜੀ ਬਹੁਤ ਜਿਹਦੇ ਨਾਲ ਆਪਾਂ ਨੂੰ ਵੀ ਆਪਣਾ ਵੀ ਘਰ ਦਾ ਧੰਦਾ ਵਧੀਆ ਚੱਲੇ ਤੇ ਜਿਹੜੀ ਗਰੀਬ ਜਨਤਾ ਹੈ ਇਹਨਾਂ ਨੂੰ ਰੋਜ਼ਗਾਰ ਮਿਲੇ ਮੇਨ ਚੀਜ਼ ਹੈ ਰੋਜ਼ਗਾਰ ਦੀ ਸਰਕਾਰ ਨੇ ਤਾਂ ਰੋਜ਼ਗਾਰ ਖਤਮ ਹੋ ਗਿਆ ਜੀ ਕੋਈ ਵੀ ਸਰਕਾਰ ਆਈ ਲਾਲੋ ਕੀ ਪ੍ਰਾਈਵੇਟ ਸੌਦੇ ਹੋ ਗਏ ਨੌਕਰੀਆਂ ਲਗਭਗ ਕੈਂਸੀਆਂ ਲਗਭਗ ਬਹੁਤ ਖਤਮ ਹੋ ਗਿਆ ਹਾਂਜੀ ਨੌਕਰੀਆਂ ਤੋਂ ਨਹੀਂ ਮਿਲਦੀਆਂ ਹੁਣ ਇਹ ਵੀ ਰੋਜ਼ਗਾਰ ਹੈ ਜੀ ਅੱਜ ਕੱਲ ਪੜੇ ਲਿਖੇ ਬੱਚੇ ਵੀ ਲਾਲੋ ਕੀ ਖੇਤਾਂ 'ਚ ਕੰਮ ਕਰਨਦੇ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਹਾਂਜੀ ਹਾਂਜੀ ਇਸ ਕਰਕੇ ਸਾਰੇ ਬੰਦੇ ਸਬਜੀ ਲਾਉਂਦੇ ਹਾਂਜੀ ਮਲਕੀਤ ਸਿੰਘ ਜੀ ਨੇ ਅਪੀਲ ਵੀ ਕੀਤੀ ਹੈ ਇਹਨਾਂ ਦਾ ਕਹਿਣਾ ਇਹ ਹੈ ਵੀ ਤੁਸੀਂ ਬਾਹਰ ਜਾਣ ਦੀ بجائے ਇੱਥੇ ਹੀ ਖੇਤੀ ਕਰੋ ਤੇ ਇੱਥੇ ਹੀ ਖੇਤੀ ਕਰਕੇ ਤੁਹਾਡੇ ਨਾਲ ਨਾਲ ਰੋਜ਼ਗਾਰ ਹੋਰ ਬੱਚਿਆਂ ਨੂੰ ਹੋਰ ਜਿਹੜੀਆਂ ਗਰੀਬ ਲੋਕ ਨੇ ਦਿਹਾੜੀ ਮਜ਼ਦੂਰੀ ਕਰਨੇ ਵਾਲੇ ਨੇ ਉਹਨਾਂ ਨੂੰ ਵੀ ਰੋਜ਼ਗਾਰ ਮਿਲੇਗਾ ਤੇ ਉਹਦੇ ਵਾਸਤੇ ਮਤਲਬ ਦੇਸ਼ ਨੂੰ ਵੀ ਫਾਇਦਾ ਹੋਵੇਗਾ ਤੇ ਜਿਹੜੇ ਗਰੀਬ ਨੇ ਉਹਨਾਂ ਨੂੰ ਵੀ ਫਾਇਦਾ ਹੋਵੇਗਾ